ਆਪਲੇ ਹੋ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਲੇ ਆਏ ਸੁਦੇ ਮਿਲੇ ਤੁੰਡ ਨੇਰੇ ਆਪੋ ਆਪ ਮੈਂ ਜੰਗ ਮਾਂ ਚੰਤ 헤ਰੇ ਪਰੇ ਕੂਕ ਭਾਰੀ ਸੁਨੇ ਦੂਰ ਜੋਈ ਲਗੀ ਛੂਟ ਗੋਰੀ ਤਜੇ ਪ੍ਰਾਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜ ਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਪਾ ਗਏ ਹੋ ਜੋ ਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲੀਆਂ ਕਰ ਰਹੇ ਹੋ ਸੋਦਰ ਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਾਹਿਬ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਆਰਤੀ ਆਰਤੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਹੁਣ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਜਦੋਂ ਮਹਾਰਾਜ ਦੀ ਜੰਗ ਤੀਸਰੀ ਜੰਗ ਸਤਗੁਰੂ ਲੜ ਰਹੇ ਨੇ ਤੇ ਲਲਾ ਬੇਗ ਦੇ ਪਰਿਵਾਰ ਦੇ ਖਾਸ ਸੂਰਮੇ ਮਾਰੇ ਗਏ ਨੇ ਕਾਬਲ ਬੇਗ ਨੂੰ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀ ਝਟ ਗਿਆ ਕੰਬਰ ਬੇਗ ਲਲਾ ਬੇਗ ਦਾ ਛੋਟਾ ਭਰਾ ਭਾਈ ਜੋਧਾ ਸ਼ਾਹ ਨੇ ਬਰਛੀ ਮਾਰ ਕੇ ਮਾਰਿਆ ਹੈ ਕਾਸ਼ਮ ਬੇਗ ਤੇ ਸ਼ਮਸ਼ ਬੇਗ ਵੀ ਇਹ ਲਲਾ ਬੇਗ ਦੇ ਜਵਾਨ ਪੁੱਤਰ ਵੀ ਲੜਾਈ ਚ ਮਾਰੇ ਗਏ ਨੇ ਹੁਣ ਲਲਾ ਬੇਗ ਬਹੁਤ ਜ਼ਿਆਦਾ ਉਦਾਸ ਹੋ ਗਿਆ ਅਗਮਗੀਨ ਹੋ ਗਿਆ ਪਰੇਸ਼ਾਨ ਹੋ ਗਿਆ ਕੋਲ ਖੜੇ ਗੁੱਲਖਾਨ ਨਾਮ ਦੇ ਪਠਾਨ ਨੇ ਆਖਿਆ ਇਲਾਲਾ ਬੇਗ ਜੀ ਤੁਸੀਂ ਸੂਬੇਦਾਰ ਹੋ ਤੁਹਾਨੂੰ ਫੌਜ ਦੇ ਸਿਪਾਹਸਲਾਰ ਬਣਾ ਕੇ ਬਾਦਸ਼ਾਹ ਨੇ ਭੇਜਿਆ ਹੈ ਇਸ ਤਰ੍ਹਾਂ ਜੇ ਉਦਾਸ ਹੋ ਜਾਓਗੇ ਤੇ ਫਿਰ ਇਹ ਨਿਰਾਸ਼ਾ ਸਾਰਿਆਂ ਨੂੰ ਲੈ ਬੋਏਗੀ ਹੁਣ ਜੋ ਹੋਣਾ ਸੀ ਸੋ ਹੋ ਗਿਆ ਹੈ ਜੰਗ ਦੇ ਵਿੱਚ ਜਾਂ ਬੰਦੇ ਮਰਦੇ ਨੇ ਜਾਂ ਮਾਰਦੇ ਨੇ ਲੜਾਈ ਚ ਇਹੀ ਕੁਝ ਹੁੰਦਾ ਹੈ ਇਹਦਾ ਪਛਤਾਵਾ ਨਹੀਂ ਕਰੀਦਾ ਹੁਣ ਤੁਸੀਂ ਸਾਡੀ ਗਵਾਹੀ ਕਰੋ ਅਸੀਂ ਜੰਗ ਜਾਵਾਂਗੇ ਜਦੋਂ ਗੋਲਖਾਨ ਨੇ ਗੱਲ ਹੌਸਲੇ ਦੀ ਕੀਤੀ ਲਲਾ ਬੇਗ ਫੌਜਾਂ ਲੈ ਕੇ ਅੱਗੇ ਵਧਿਆ ਮਾਰੋ ਮਾਰ ਕਰਦਾ ਹੋਇਆ ਗੁਰੂ ਮਹਾਰਾਜ ਜਿੱਥੇ ਖੜੇ ਸਨ ਵੇਖ ਲਿਆ ਵੀ ਹੁਣ ਲਲਾ ਬੇਗ ਆਪ ਚੜ ਕੇ ਆ ਰਿਹਾ ਹੈ ਤੇ ਸਤਿਗੁਰੂ ਜੀ ਲਲਾ ਬੇਗ ਦੀ ਹੁਣ ਸਮਾਪਤੀ ਕਰਨਗੇ ਇਹ ਜੰਗ ਦੀ ਸਮਾਪਤੀ ਵੀ ਨਾਲ ਹੀ ਹੋ ਜਾਣੀ ਹੈ ਪਿਛਲੇ ਲਗਭਗ ਡੇਢ ਹਫ਼ਤੇ ਤੋਂ ਇੱਕ ਕਥਾ ਆਪਾਂ ਸੁਣ ਰਹੇ ਹਾਂ ਜੰਗ ਦੀ ਅੱਜ ਇਹਦਾ ਅਖੀਰਲਾ ਪ੍ਰਕਰਣ ਹੈ ਪ੍ਰੇਮ ਨਾਲ ਸੁਣੀਏ ਧੰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਲੇ ਆਏ ਸੂਦੇ ਮਿਲੇ ਟੁੰਡ ਨੇਰੇ ਸਾਧ ਸੰਗਤ ਜੀ ਦੁਸ਼ਮਣ ਲਾਲਾ ਬੇਗ ਦੀ ਗਵਾਹੀ ਤੇ ਸਿੱਧੇ ਮੂੰਹ ਲੜਨ ਵਾਸਤੇ ਆਇਆ ਹੈ ਆਪੋ ਆਪ ਮੈਂ ਜੰਗ ਮਾਚੰਤ 헤ਰੇ ਇਧਰੋਂ ਗੁਰੂ ਦੇ ਸਿੱਖ ਵੀ ਅੱਗੇ ਵਧੇ ਨੇ ਤੇ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਨੇ ਤੇਗਾ ਚੱਲਣ ਲੱਗੀਆਂ ਨੇ ਪਰੇ ਕੋਕ ਭਾਰੀ ਸੋਨੈ ਦੂਰ ਜੋਈ ਮਾਰ ਲਓ ਮਾਰ ਲਓ ਦਾ ਰੌਲਾ ਪੈ ਗਿਆ ਜਿਹੜਾ ਦੂਰ ਤਾਈ ਸੁਣਾਈ ਦਿੰਦਾ ਹੈ ਲਗੀ ਛੂਟ ਗੋਰੀ ਤਜੇ ਪ੍ਰਾਨ ਕੋਈ ਗੋਲੀਆਂ ਚਲੀਆਂ ਤੀਰ ਚੱਲੇ ਹਨ ਤੇ ਕਈਆਂ ਦੇ ਪ੍ਰਾਨ ਪੰਖੇਰੂ ਉੱਡਣ ਲੱਗੇ ਮਹਾ ਜੁਦ ਮਚੋ ਗੁਰੂ ਜੀ ਆਨੰਦੇ ਗੁਰੂ ਹਰਗੋਬਿੰਦ ਸਾਹਿਬ ਖੁਦ ਮੈਦਾਨ ਤੇ ਜੰਗ ਚ ਅਗਵਾਈ ਕਰ ਰਹੇ ਨੇ ਬੜਾ ਕਮਸਾਨ ਦਾ ਜੁਦ ਮਚਿਆ ਤੇ ਮਹਾਰਾਜ ਬੜੇ ਆਨੰਦ ਵਿੱਚ ਹਨ ਪ੍ਰਸੰਨ ਹਨ ਬੜੇ ਲਿਓ ਚਾਂਪ ਗਾਢੋ ਤਜੈ ਤੀਰ ਬ੍ਰਿੰਦੇ ਨੌ ਟੰਕਾ ਤਨਸ ਮਹਾਰਾਜ ਨੇ ਮੋਢਿਓ ਲਾ ਲਿਆ ਤੇ ਖਿੱਚ ਖਿਜ ਤਿੱਖੇ ਤੀਰ ਮਾਰਦੇ ਨੇ ਕਹੇ ਉਹ ਜੋਧ ਸੋ ਜੰਗ ਕੀਨੇ ਬਡੇਰੇ ਮਹਾਰਾਜ ਭਾਈ ਜੋਧਾ ਸ਼ਾਹ ਨੂੰ ਕਹਿੰਦੇ ਆ ਵੱਡੇ ਵੱਡੇ ਜੰਗ ਕੀਤੇ ਹਨ ਨਹੀਂ ਅੱਗੇ ਜਾਵੋ ਪਖੋ ਬੀਰ ਭੇਰੇ ਤੁਸੀਂ ਹੁਣ ਖੜੇ ਰਹੋ ਤੇ ਸਿੰਘਾਂ ਦਾ ਮੁਕਾਬਲਾ ਜੋਧਿਆਂ ਦਾ ਮੁਕਾਬਲਾ ਵੇਖੋ ਸ਼ਾਹ ਜੀ ਤੁਸੀਂ ਨਾ ਅੱਗੇ ਜਾਇਆ ਜੇ ਵੱਡੀ ਰਾਤ ਕਿਰੇ ਬ੍ਰਿੰਦ ਬਹਿਰੀ ਲਰਨਤੇ ਕਿਉਂਕਿ ਤੁਸੀਂ ਸਾਰੀ ਰਾਤ ਦੇ ਥੱਕੇ ਹੋਏ ਉਹ ਦੁਸ਼ਮਣ ਨਾਲ ਮੁਕਾਬਲਾ ਕਰ ਰਹੇ ਹੋ ਖਪਾਏ ਕਹਨੇ ਮਾਰ ਦਰੋਹੀ ਦੋਰੰਤੇ ਗੁਰੂ ਘਰ ਦੇ ਦੋਖੀ ਬਹੁਤ ਮਾਰੇ ਹਨ ਤੁਸੀਂ ਖਾ ਪਾ ਦਿੱਤੇ ਹਨ ਛੁਟਾਂ ਤੀਰ ਗੋਰੀ ਬਚਾਵੋ ਸ਼ਰੀਰੰ ਹੁਣ ਤੀਰ ਗੋਲੀ ਚੱਲ ਰਹੀ ਹੈ ਤੁਸੀਂ ਆਪਣਾ ਬਚਾ ਕਰਕੇ ਲੜੋ ਭੈਓ ਅੰਤ ਸ਼ਤਰੂਆਂ ਨੇ ਜੀਤੇ ਸੋ ਤੀਰੇ ਬਹਿਰੀਆਂ ਦਾ ਅੰਤ ਹੋ ਗਿਆ ਆਪਾਂ ਹੁਣ ਜੰਗ ਜਿੱਤ ਚੁੱਕੇ ਆ ਗੁਰੂ ਬੈਨ ਮੰਨਿਓ ਅਮੋਰੰਗ ਪਛਾਨਿਓ ਮਹਾਰਾਜ ਦਾ ਬਚਨ ਮੋੜਨ ਵਾਲਾ ਨਹੀਂ ਸੀ ਇਸ ਕਰਕੇ ਜੋਧਾ ਸ਼ਾਹ ਜੀ ਉੱਥੇ ਖੜ ਗਏ ਕਰਿਓ ਭੀਮ ਜੁਦੰਦ ਦਲੰਪੂਰ ਹਾਨਿਓ ਬੜਾ ਜੁੱਧ ਕੀਤਾ ਜੋਧਾ ਸ਼ਾਹ 9 ਘੰਟੇ ਹੋ ਗਏ ਲਗਾਤਾਰ ਲੜਾਈ ਕਰਦਿਆਂ ਨੂੰ ਕਛੂ ਅੰਗ ਮੈਕ ਹਵ ਲਾਗੇ ਦਿਖੰਤੇ ਕੁਝ ਕੁ ਸੱਡਾਂ ਵੀ ਲਗੀਆਂ ਨੇ ਲੜਾਈ ਦੇ ਵਿੱਚ ਸਰੀਰ ਤੇ ਜ਼ਖਮ ਨਜ਼ਰ ਆਉਂਦੇ ਨੇ ਸ਼ਰੰਗ ਸ਼ਰਮੰ ਹੋਤ ਪਾ ਖੇਤ ਕੋਹਰਾ ਪ੍ਰਮੰਤੇ ਪਰ ਘੋੜਾ ਡੜਾ ਡੜਾ ਕੇ ਸਾਰੀ ਰਾਤ ਲੜਦਾ ਰਿਹਾ ਜੋਧਾ ਸ਼ਾਹ ਇਸ ਕਰਕੇ ਥਕਾਵਟ ਵੀ ਬਹੁਤ ਹੋ ਗਈ ਹੈ ਬਿਦੀ ਚੰਦ ਚਾਹੇ ਬਰੋਂ ਸ਼ਤਰ ਮਦੰ ਭਾਈ ਬਿਦੀ ਚੰਦ ਚਾਹੁੰਦੇ ਮੈਂ ਹੁਣ ਵੈਰੀ ਦੇ ਵਿੱਚ ਮੈਂ ਦੁਸ਼ਮਣ ਨਾਲ ਦੋ ਹੱਥ ਕਰਾਂ ਬਦੋਂ ਇੱਕ ਵਾਰੀ ਕਰੋ ਜੁਧ ਸੁਦੰ ਇੱਕ ਵਾਰੀ ਹੱਲੇ ਦਾ ਜੁਧ ਕਰਦਿਆਂ ਤੇ ਦੁਸ਼ਮਣ ਨੂੰ ਫਤਿਹ ਕਰ ਲਵਾਂ ਗੁਰੂ ਜੀ ਨੇ ਵਾਰਿਓ ਉਚਾਰਿਓ ਥੇ ਰੀਜੈ ਮਹਾਰਾਜ ਕਹਿੰਦੇ ਨਹੀਂ ਭਾਈ ਬੀਦੀ ਚੰਦ ਜੀ ਹੁਣ ਤੁਸੀਂ ਖੜ ਕੇ ਜੁਧ ਵੇਖੋ ਲੱਗੇ ਕ ਹਵ ਅੰਗੰ ਸ਼ਰਮੰ ਜਾਨ ਲੀਜੈ ਤੁਹਾਨੂੰ ਵੀ ਬੜੇ ਜ਼ਖਮ ਲੱਗੇ ਨੇ ਹੁਣ ਤੁਸੀਂ ਥੱਕੇ ਹੋਏ ਹੋ ਤੁਸੀਂ ਅੱਗੇ ਨਾ ਜਾਓ ਕਬੈ ਅੰਤ ਕੋ ਜੁਧ ਦੇਖੋ ਹਮਾਰਾ ਹੁਣ ਅਸੀਂ ਜੁਧ ਕਰਾਂਗੇ ਅਖੀਰਲਾ ਜੁਧ ਅਸੀਂ ਆਵਾਂ ਨਬੇੜਾਂਗੇ ਲਲਾ ਬੇਗ ਕੇ ਸਾਥ ਖਗੰ ਪ੍ਰਹਾਰਾ ਮਹਾਰਾਜ ਕਹਿੰਦੇ ਲਲਾ ਬੇਗ ਦੇ ਨਾਲ ਸਾਡਾ ਜੁਦ ਹੋਵੇਗਾ ਤੇ ਢਾਲ ਤਲਵਾਰ ਦਾ ਮੁਕਾਬਲਾ ਹੋਵੇਗਾ ਜੀਤੀਸ਼ਾ ਹੋ ਕੀ ਸੈਨ ਜੋਧਾ ਕਹਾਵੇ ਮਹਾਰਾਜ ਕਹਿੰਦੇ ਜਿੰਨੀ ਫੌਜ ਹੈ ਬਾਦਸ਼ਾਹ ਸ਼ਾਹਜਹਾਨ ਦੀ ਉਹਨਾਂ ਵਿੱਚੋਂ ਵੱਡਾ ਜੋਧਾ ਕੋ ਅੰਦਾ ਲਲਾ ਬੇਗ ਮਚੈ ਮਾਰ ਐਸੀ ਨਹੀਂ ਸ਼ੇਖ ਪਾਵੇ ਕਹਿੰਦੇ ਇਹੋ ਜੀ ਮਾਰ ਮਚਾਵਾਂਗੇ ਬਾਕੀ ਕਿਸੇ ਨੂੰ ਛੱਡਾਂਗੇ ਨਹੀਂ ਵਿਧੀ ਜੋਧ ਦੋਨੋਂ ਕਹੇ ਉਹ ਨਮਰ ਹੋਇ ਕ ਭਾਈ ਵਿਧੀ ਚੰਦ ਦੇ ਭਾਈ ਜੋਧਾ ਸ਼ਾਹ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸਮੰ ਆਪ ਕੇ ਕੌਣ ਹੋਇ ਹੈ ਅਰਕ ਸੱਚੇ ਪਾਦਸ਼ਾਹ ਤੁਹਾਡੇ ਸਾਹਮਣੇ ਕੌਣ ਅੜ ਸਕਦਾ ਹੈ ਨਹੀਂ ਦੇਵ ਦੈਂਤਨ ਮੈਂ ਵੀਰ ਕੋਈ ਮਹਾਰਾਜ ਕੋਈ ਦੇਵਤਿਆਂ ਜੈਸਾ ਦੇਵਤਾ ਨਹੀਂ ਤੇ ਦੰਤਾਂ 'ਚ ਕੋਈ ਐਸਾ ਦੰਤ ਨਹੀਂ ਕਹਾ ਬਾਪੋ ਰੇ ਮਾਨੁਖਾ ਜੂਨ ਜੋਈ ਬੰਦੇ ਦੀ ਤਾਂ ਵਿਚਾਰੇ ਦੀ ਕੀ ਔਕਾਤ ਹੈ ਕਿ ਤੁਹਾਡਾ ਮੁਕਾਬਲਾ ਕਰ ਸਕੇ ਤੁਹਾਡੇ ਸਾਹਮਣੇ ਦੇ ਦੇਵਤੇ ਵੀ ਨਹੀਂ ਅੜ ਸਕਦੇ ਕਹੋ ਏਕ ਵਾਰੰ ਤ੍ਰੇਲੋਕੀ ਬਿਨਾਸੋ ਮਹਾਰਾਜ ਤੁਸੀਂ ਤੇ ਆਪਣੀ ਜ਼ੁਬਾਨ ਤੋਂ ਇੱਕ ਬਚਨ ਕਰਦੇ ਹੋ ਨਾ ਬਚਨ ਤੇ ਬਚਨ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਸਾਰੀ ਤ੍ਰਿਲੋਕੀ ਖਤਮ ਕਰ ਸਕਦੇ ਹੋ ਰਚੋ ਫਿਰ ਤੈਸੇ ਕਰੈ ਮੂੜ ਸਾਸੋ ਜੇ ਆਪ ਚਾਹੋ ਤੇ ਦੁਬਾਰਾ ਫਿਰ ਬਣਾ ਵੀ ਸਕਦੇ ਹੋ ਕਈ ਵਾਰ ਪਸਰਿਓ ਪਸਾਰ ਕਈ ਵਾਰ ਦੁਨੀਆ ਬਣਾਈ ਹੁਕਮ ਦੇ ਨਾਲ ਹੀ ਤੇ ਕਈ ਵਾਰੀ ਦੁਨੀਆ ਹੁਕਮ ਨਾਲ ਹੀ ਖਤਮ ਕਰਦੀ ਸੱਚੇ ਪਾਤਸ਼ਾਹ ਆਪ ਜੀ ਨੇ ਇਹ ਤੋ ਬੋਲਤੇ ਆਪ ਮਾਹੀ ਕਿਰਪਾਲਾ ਇਸ ਤਰ੍ਹਾਂ ਭਾਈ ਵਿਦੀ ਚੰਦ ਤੇ ਭਾਈ ਜੋਧਾ ਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਆਪਸ ਵਿੱਚ ਬਚਨ ਕਰ ਰਹੇ ਨੇ ਇਤੇ ਵੀਰ ਆਏ ਮਹਾ ਜ਼ੋਰ ਘਾਲਾ ਇਧਰੋਂ ਵੈਰੀ ਦੀ ਫੌਜ ਲਲਾ ਬੇਗ ਲੈ ਕੇ ਆਇਆ ਪੂਰਾ ਜ਼ੋਰ ਪਾ ਕੇ ਜੁਦ ਸ਼ੁਰੂ ਕਰ ਦਿੱਤਾ ਲਲਾ ਬੇਗ ਨੇ ਤੁਫੰਗਾ ਨ ਤੀਰਾਂ ਨ ਨੇਜਾਂ ਸੰਗਾ ਬੰਦੂਕਾਂ ਨਾਲ ਤੀਰਾਂ ਨਾਲ ਨੇਜਿਆਂ ਨਾਲ ਮਹਾ ਪਤ ਹਰੇ ਕਰੇ ਘਵ ਅੰਗਾ ਬੜਾ ਗੁੱਸਾ ਖਾ ਕੇ ਸੱਟਾਂ ਮਾਰਦੇ ਜ਼ਖਮ ਲਾਉਂਦੇ ਹਨ ਗਰੇ ਬੀਰ ਮਾਰੇ ਹਲਾ ਹਾਲ ਹੋਈ ਬੜੇ ਬੜੇ ਸੂਰਮੇ ਗੋਲੀਆਂ ਨਾਲ ਤੀਰਾਂ ਨਾਲ ਗਰੇ ਹਨ ਧਰਤੀ ਦੇ ਉੱਤੇ ਪਰਿਓ ਹੇਲ ਘਲਿਓ ਮਿਟਿਓ ਨਾਹੀ ਕੋਈ ਕਹਿੰਦੇ ਜ਼ੋਰ ਦਾ ਹੱਲਾ ਦੋਵਾਂ ਪਾਸਿਆਂ ਤੋਂ ਹੋਇਆ ਹੈ ਕੋਈ ਪਿੱਛੇ ਹਟ ਕੇ ਰਾਜ਼ੀ ਨਹੀਂ ਹੈ ਗੁਰੂ ਜਨ ਲੀਨੀ ਤਜੇ ਪ੍ਰਾਨ ਸਾਰੇ ਗੁਰੂ ਸਾਹਿਬ ਨੇ ਜਾਣ ਲਿਆ ਵੀ ਹੁਣ ਅਖੀਰਲਾ ਸਮਾਂ ਆ ਗਿਆ ਲਲਾ ਬੇਗ ਦਾ ਲਿਓ ਚਾਪ ਗਾਢੋ ਤਰਖੇ ਤੀਰ ਮਾਰੇ ਮਹਾਰਾਜ ਕੰਨਾ ਦੀ ਖਿੱਚ ਖਿੱਚ ਤਿੱਖੇ ਤੀਰ ਲਲਾ ਬੇਗ ਦੀ ਫੌਜ ਵੱਲ ਛੜੀ ਜਾਂਦੇ ਵਿਦੇ ਬਰਿੰਦ ਬਹਿਰੀ ਪਰੇ ਜਾਏ ਭੂਮੈ ਇੱਕ ਇੱਕ ਤੀਰ ਨਾਲ ਪੰਜਾਂ ਪੰਜਾਂ ਸੱਤਾਂ ਸੱਤਾਂ ਨੂੰ ਪਾੜ ਸੁੱਟਦੇ ਗੁਰੂ ਸਾਹਿਬ ਜੀ ਇੱਕੋ ਦੋਇ ਤੀਜੋ ਹਤੇ ਕੋਈ ਝੂਮੈ ਮਹਾਰਾਜ ਦਾ ਤੀਰ ਇੱਕ ਚੋਂ ਲੰਘਦਾ ਦੂਜੇ ਨੂੰ ਵੱਜਦਾ ਦੂਜੇ ਚੋਂ ਲੰਘਦਾ ਤੀਜੇ ਨੂੰ ਵੱਜਦਾ ਤੀਜੇ ਨੂੰ ਵੱਜ ਕੇ ਚੌਥੇ ਨੂੰ ਜਾ ਵੱਜਦਾ ਹੈ ਪਹੇ ਟੋਲ ਆਗੇ ਰਿਪੂ ਸਾਮੋਹ ਇੱਕ ਇੱਕ ਤੀਰ ਨਾਲ 4 4 5 5 7 7 ਬੰਦੇ ਜਿਹੜੇ ਉਹਦੀ ਰੇਂਜ ਚ ਆ ਜਾਂਦੇ ਨੇ ਪਾਰ ਜਾਂਦੇ ਨੇ ਲਲਾ ਬੈਗ ਦੇਖੇ ਗੁਰੂ ਆਪ ਆਏ ਜਦੋਂ ਲਲਾ ਬੈਗ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਖੁਦ ਮੈਦਾਨੇ ਜੰਗ ਚ ਆਏ ਹੋਏ ਨੇ ਚਹੋਂ ਚਿਤ ਜੋ ਪਹੀ ਬਾਤ ਸੋਈ ਮਨ ਵਿੱਚ ਸੋਚਦਾ ਜੋ ਮੈਂ ਚਾਹੁੰਦਾ ਸੀ ਉਹੀ ਹੋ ਗਈ ਹੈ ਮੈਂ ਗੁਰੂ ਨਾਲ ਜੰਗ ਕਰਾਂਗਾ ਆਪਣੇ ਭਾਂਜੇ ਦਾ ਆਪਣੇ ਭਰਾ ਦਾ ਆਪਣੇ ਜਵਾਨ ਪੁੱਤਰਾਂ ਦੀ ਮੌਤ ਦਾ ਬਦਲਾ ਲਵਾਵਾਂਗਾ ਅਬੈ ਜੰਗ ਮੇਰੋ ਗੁਰ ਸੰਗ ਹੋਈ ਹੁਣ ਮੇਰਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਹੋਣਾ ਹੈ ਭਇਓ ਟੋਲ ਆਗੇ ਗੁਰੂ ਜਿਉ ਨਿਹਾਰੇ ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਆਪਣਾ ਟੋਲਾ ਬੰਨ ਕੇ ਲਲਾ ਬੇਗ ਅੱਗੇ ਵਧਿਆ ਤੇ ਗੁਰੂ ਸਾਹਿਬ ਨੂੰ ਵੇਖਿਆ ਧਕੇ ਤੀਰ ਤੀਖੇ ਤੁਨੂੰ ਐ ਚ ਮਾਰੇ ਮਹਾਰਾਜ ਕੰਨਾਂ ਦੇ ਖਿੱਚ ਖਿੱਚ ਤੀਰ ਮਾਰਦੇ ਸਨ ਹਯੰ ਅੰਗ ਬੀਦੋ ਲਗੇ ਕਹਾ ਵਜਾਈ ਜੈਨੂੰ ਤੀਰ ਵੱਜਦਾ ਉਹ ਪਾਰ ਬੋਲਦਾ ਘੋੜੇ ਵੀ ਵਿਨ ਦਿੱਤੇ ਤੇ ਜਵਾਨ ਵੀ ਵਿਨ ਦਿੱਤੇ ਛੁਟਿਓ ਸ਼੍ਰੋਣ ਬ੍ਰਿੰਦੰਸੁ ਤਹਾਰਾ ਚਲਾਈ ਖੂਂਦਿਆ ਪੰਤ ਤੀਰੀਆਂ ਵਗਦੀਆਂ ਹਨ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਥੱਲੇ ਘੋੜਾ ਉਹਨੂੰ ਵੀ ਤੀਰ ਵੱਜੇ ਹਨ ਸੋਹਿਲਾ ਪਿਖੇ ਕਹਵ ਲਾਗੇ ਕਨੇਰੇ ਮਹਾਰਾਜ ਦੇ ਥੱਲੇ ਸੁਹੇਲਾ ਘੋੜਾ ਸੀ ਜਿਹੜਾ ਬਿਧੀ ਚੰਦ ਜੀ ਲੈ ਕੇ ਆਏ ਸੀ ਉਸ ਘੋੜੇ ਨੂੰ ਵੀ ਬੜੇ ਜ਼ਖਮ ਲੱਗ ਗਏ ਨੇ ਹਿਰਦੇ ਰੋਸ ਜਾਗਿਓ ਗੁਰੂ ਕੇ ਬਡੇਰੇ ਜਦੋਂ ਗੁਰੂ ਸਾਹਿਬ ਦੇ ਘੋੜੇ ਨੂੰ ਤੀਰ ਵੱਜਿਆ ਤੇ ਮਹਾਰਾਜ ਨੂੰ ਵੀਰ ਰਸ ਜਾਗ ਉੱਠਿਆ ਜਿਨੋ ਅਗਰ ਚੋਰੇ ਖਤੰਗੰ ਨਿਕਾਸੀ ਮਹਾਰਾਜ ਨੇ ਆਪਣੇ ਪੱਥੇ ਵਿੱਚੋਂ ਚਾਰ-ਚਾਰ ਉਂਗਲ ਚੌੜੇ ਤਿੱਖੇ ਖਪਰੇ ਤੀਰ ਕੱਢਣੇ ਸ਼ੁਰੂ ਕੀਤੇ ਆ ਉਹ ਦੰਡਨ ਸਹਾਧਾਨੇ ਵਿਖੇ ਸੇ ਪ੍ਰਕਾਸ਼ੇ ਆਪਣੇ ਕਮਾਨ ਵਿੱਚ ਚਾੜ ਕੇ ਕੰਨਾਂ ਤਾਂ ਹੀ ਖਿੱਚੇ ਹਨ ਕਰਿਓ ਜੋਰ ਘੁਰੰ ਲਗਿਓ ਕਾਨ ਹਾਥੋਂ ਮਹਾਰਾਏ ਨੇ ਜੋਰ ਦੇ ਨਾਲ ਖਿੱਚ ਕੇ ਆਪਣੇ ਕੰਨ ਤਾਂ ਹੀ ਤੀਰ ਨੂੰ ਲਾ ਲਿਆ ਜਦੋਂ ਲਲਾ ਬੇਗ ਨੇ ਤੀਰ ਮਾਰਿਆ ਨਾ ਗੁਰੂ ਸਾਹਿਬ ਦੇ ਘੋੜੇ ਨੂੰ ਤੇ ਮਹਾਰਾਏ ਦਾ ਘੋੜਾ ਤੇ ਜ਼ਖਮੀ ਹੋ ਗਿਆ ਪਰ ਗੁਰੂ ਸਾਹਿਬ ਨੇ ਜਿਹੜਾ ਤੀਰ ਛੱਡਿਆ ਲਲਾ ਬੇਗ ਸੋਹੇ ਤਜੋ ਬੇਗ ਸਾਥੰ ਉਹ ਲਲਾ ਬੇਗ ਵਾਲ ਸ਼ੂਕਦਾ ਗਿਆ ਜਿਵੇਂ ਫਨੀ ਅਰ ਨਾਗ ਜਾਂਦਾ ਹੈ ਚਲਿਓ ਕਰੋਧ ਤੇ ਸ਼ੂਕ ਬਾਨੰ ਮਹਾਨਾ ਕਰੋਧ ਨਾਲ ਮਾਰਿਆ ਗੁਰੂ ਸਾਹਿਬ ਨੇ ਤੀਰ ਸ਼ੂਕ ਦਾ ਸ਼ੁਕਾਟੇ ਪਾੰਦਾ ਗਿਆ ਹੈ ਉਟਿਓ ਪੰਖ ਤਾਰੇ ਫਨੀ ਕੇ ਸਮਾਨਾ ਇਦਾਂ ਸਮਝ ਲਓ ਵੀ ਫਨੀ ਅਰ ਨਾਗ ਨੂੰ ਖੰਭ ਲੱਗ ਗਏ ਹੋਂ ਫਨੀ ਅਰ ਨਾਗ ਦਾ ਫਣ ਚੌੜਾ ਹੁੰਦਾ ਹੈ ਤੀਰ ਦਾ ਫਲ ਚੌੜਾ ਹੈ ਤੇ ਪਿੱਛੇ ਖੰਭ ਲੱਗੇ ਨੇ ਮਾਨੋ ਸੱਪ ਨੂੰ ਖੰਭ ਲੱਗੇ ਹਨ ਉੱਡਦਾ ਜਾ ਰਿਹਾ ਹੈ ਲਗਿਓ ਭਲ ਮੈਂ ਤਾਤਕਾਲੰਗ ਪ੍ਰਵੇਸ਼ਾ ਕਹਿੰਦੇ ਜਾ ਕੇ ਲਲਾ ਬੇਗ ਦੇ ਘੋੜੇ ਦੇ ਮੱਥੇ 'ਚ ਵੱਜਾ ਹੈ ਤੇ ਪਾਰ ਲੰਘਿਆ ਹੈ ਲਲਾ ਬੇਗ ਘੋੜਾ ਬਲੀ ਜੋ ਵਿਸ਼ੇਸ਼ਾ ਕਹਿੰਦਾ ਜੋ ਲਲਾ ਬੇਗ ਦਾ ਬੜਾ ਬਲੀ ਘੋੜਾ ਸੀ ਉਹਦੇ ਮੱਥੇ 'ਚ ਤੀਰ ਵੱਜਿਆ ਗੁਰੂ ਛੇਵੇਂ ਪਾਤਸ਼ਾਹ ਦਾ ਕਨੋਂ ਦੀ ਨਮੂਲੰਗ ਚਲਾਕੰ ਬਡੇਰਾ ਬੜਾ ਕੀਮਤੀ ਘੋੜਾ ਸੀ ਲਲਾ ਬੇਗ ਦੇ ਥੱਲੇ ਸੁਰਖੇ ਰੰਗ ਦਾ ਬੜਾ ਚਲਾਕ ਘੋੜਾ ਸੀ ਬੜਾ ਬਲੀ ਘੋੜਾ ਸੀ ਮਹਿੰਗੀ ਚੰਗੀ ਨਸਲ ਦਾ ਘੋੜਾ ਸੀ ਪਿਛਾਰੀ ਨੇ ਕਾਸਿਓ ਪਰਿਓ ਪਾਰ ਫੇਰਾ ਇਧਰੋਂ ਤੀਰ ਮਾਰ ਕੇ ਪਿੱਛਾ ਨੂੰ ਕੱਢ ਦਿੱਤਾ ਤੇ ਘੋੜਾ ਪਾਰ ਬੋਲਿਆ ਗੱਡਿਓ ਜਾਏ ਭੂਮੈ ਸਲੋਹੂ ਸਰੰਗਾ ਕਹਿੰਦੇ ਘੋੜ ਤੀਰ ਲਹੂ ਦੇ ਨਾਲ ਲਿਬੜਿਆ ਧਰਤੀ 'ਚ ਜਾ ਧਸਿਆ ਗਿਰਿਓ ਸ਼ਿਗਰ ਘੋੜਾ ਸਜਿਆ ਜ਼ੀਨ ਚੰਗਾ ਆ ਘੋੜਾ ਕਾਠੀ ਨਾਲ ਸਜਿਆ ਸਜਾ ਧਰਤੀ ਤੇ ਡਿਗਾ ਹੈ ਲਲਾ ਬੇਗ ਨੇ ਬੇਗ ਤੇ ਤਿਆਗ ਦੀਨਾ ਲਲਾ ਬੇਗ ਨੇ ਵੇਖਿਆ ਵੀ ਮੇਰਾ ਘੋੜਾ ਗਿਆ ਉਹਨੇ ਉਹ ਘੋੜੇ ਨੂੰ ਡਿੱਗਦਿਆਂ ਡਿੱਗਦਿਆਂ ਉਤੋਂ ਛਾਲ ਮਾਰ ਦਿੱਤੀ ਤਿਆਗ ਦਿੱਤਾ ਘੋੜਾ ਛੱਡ ਦਿੱਤਾ ਮਹਾਕਰੋਧ ਤੇ ਤੀਰ त्याਗੇ ਪ੍ਰਬੀਨਾ ਉਹਨੇ ਵੀ ਗੁੱਸੇ ਨਾਲ ਗੁਰੂ ਸਾਹਿਬ ਵੱਲੋਂ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਸੋਹਿਲਾ ਅਮੋਲਾ ਤਕੈ ਤਾਂਹੇ ਮਾਰੇ ਗੁਰੂ ਸਾਹਿਬ ਦਾ ਸੋਹਿਲਾ ਘੋੜਾ ਉਹਨੂੰ ਮਾਰਨ ਲਈ ਉਹ ਤੀਰ ਚਲਾਉਂਦਾ ਹੈ ਲਾਲਾ ਬੇਗ ਦਯੋ ਬੀਦ ਆਗੋਸ਼ਤਾ ਬੀ ਪ੍ਰਹਾਰ ਉਹਨੇ ਮਹਾਰਾਜ ਦੇ ਘੋੜੇ ਦੀ ਛਾਤੀ 'ਚ ਤੀਰ ਮਾਰਿਆ ਘੋੜਾ ਵਿੰਨਿਆ ਗਿਆ ਹਿਰਦੇ ਭਲ ਮੈਂ ਤੀਰ ਲਾਗੇ ਕਨੇਰੇ ਦੇ ਘੋੜੇ ਦੇ ਮੱਥੇ 'ਚ ਵੀ ਤੀਰ ਵੱਜਿਆ ਤੇ ਛਾਤੀ 'ਚ ਵੀ ਤੀਰ ਵੱਜਿਆ ਗਿਰਿਓ ਜੰਗ ਖੇਤੰ ਹਤਿਓ ਤਾਹੇ ਬੇਰੇ ਸਿਵੇਂ ਪਾਤਸ਼ਾਹ ਦਾ ਘੋੜਾ ਸ਼ਹੀਦੀ ਪਾ ਗਿਆ ਮੈਦਾਨੇ ਜੰਗ 'ਚ ਡਿੱਗਾ ਹੈ ਬੜੇ ਭਾਗ ਜਾ ਕੇ ਗੁਰੂ ਅੰਗ ਸੰਗੇ ਕਵੀ ਜੀ ਲਿਖਦੇ ਇਸ ਘੋੜੇ ਦੇ ਵੱਡੇ ਭਾਗ ਨੇ ਇਹ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਸਵਾਰੀ ਦੇਂਦਾ ਹੋਇਆ ਸ਼ਹੀਦੀ ਪਾ ਗਿਆ ਹੈ ਮਿਲੇ ਸੋ ਰਹੇ ਪ੍ਰਾਨ त्याਗੇ ਤੋਰੰਗੇ ਔਰ ਗੁਰੂ ਸਾਹਿਬ ਦੇ ਨਾਲ ਹੀ ਗੁਰੂ ਸਾਹਿਬ ਦੀ ਸੇਵਾ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਉਹਨਾਂ ਦੀ ਸਵਾਰੀ ਬਣ ਕੇ ਸ਼ਹੀਦੀ ਪਾਈ ਹੈ ਗਯੋ ਦੇਵ ਲੋਕੰ ਤਜੇ ਸ਼ੋਕ ਮੋਹੰ ਇਹ ਘੋੜਾ ਦੇਵ ਲੋਕ ਨੂੰ ਸੱਚਖੰਡ ਨੂੰ ਗਿਆ ਇਹਦਾ ਜਨਮ ਮਰਨ ਕਟਿਆ ਗਿਆ ਹੈ ਨਹੀਂ ਫੇਰ ਫੇਰੀ ਜਗੰ ਵਿੱਚ ਹੋਹੰ ਮੁੜ ਕੇ ਦਾ ਸੰਸਾਰ ਤੇ ਫੇਰਾ ਨਹੀਂ ਪਵੇਗਾ ਜਨਮ ਮਰਨ ਨਹੀਂ ਹੋਵੇਗਾ ਬਿਧੀਚੰਦ ਸ਼ੀਗਰੰ ਕਹੇ ਓ ਹੋ へ ਨੇਰੇ ਬਾਬਾ ਬਿਧੀਚੰਦ ਸਾਹਿਬ ਜੀ ਕੋਲ ਹੋ ਕੇ ਕਹਿਣ ਲੱਗੇ ਚੜੋ ਔਰ ਘੋੜੇ ਪ੍ਰਭੂ ਯਾਹੇ 베 ਨੇ। নাও মহারাজ ਮੇਰੇ ਵਾਲਾ ਘੋੜਾ ਲੈ ਲੋ ਜਾਂ ਹੋਰ ਘੋੜਾ ਮੰਗਾ ਲਈਏ ਜੇ ਤੇ ਆਪ ਜੀ ਸਵਾਰ ਹੋ ਜਾਓ। ਗੁਰੂ ਧਰਮ ਜੁੱਧੰ ਵਿਚਾਰਿਓ ਉਚਾਰੇ। মহারাজ ਧਰਮਯੁੱਧ ਨੂੰ ਵਿਚਾਰ ਕੇ ਬੋਲੇ। ਖਰੋ ਅਗਰ ਬੈਰੀ ਹੈੰ ਤਾਹੇ ਮਾਰੇ। ਮਾਰੇ ਕਹਿੰਦੇ ਨਹੀਂ ਬਿਧੀਚੰਦ। ਜਿਹਦੇ ਨਾਲ ਸਾਡੇ ਦੋ ਹੱਥ ਹੋਣੇ ਨੇ ਉਹਦਾ ਘੋੜਾ ਵੀ ਮਰ ਚੁੱਕਾ। ਉਹ ਵੀ ਮੈਦਾਨੇ ਜੰਗ 'ਚ ਪੈਦਲ ਹੀ ਐ ਤੇ ਹੁਣ ਜੇ ਅਸੀਂ ਘੋੜੇ ਤੇ ਸਵਾਰ ਹੋ ਕੇ ਉਹਨੂੰ ਮਾਰਦੇ ਆਂ ਤੇ ਸਾਡੇ ਵੱਲੋਂ ਜ਼ਿਆਦਤੀ ਹੋਵੇਗੀ ਇਹ ਨਹੀਂ ਅਸੀਂ ਕਰਨੀ ਚਾਹੁੰਦੇ ਨਹੀਂ ਔਰ ਲੀਨੋ ਪ੍ਰਥੀ بیچ ਠਾਂਡੋ ਮਹਾਰਾਜ ਨੇ ਦੂਜਾ ਘੋੜਾ ਨਹੀਂ ਲਿਆ ਸਵਾਰੀ ਲਈ ਮੈਦਾਨੇ ਜੰਗ ਚ ਪੈਦਲ ਹੀ ਲੜਨ ਦਾ ਇਰਾਦਾ ਕਰ ਲਿਆ ਹੈ। ਅਹੈ ਸਮੁਖੰ ਜੰਗ ਕੋ ਚਾਵ ਬਾਡੋ। ਸਾਹਮਣੇ ਲਲਾ ਬੇਗ ਵੀ ਪੈਦਲ ਬੜੇ ਉਤਸ਼ਾਹ ਨਾਲ ਅੱਗੇ ਵੱਧ ਰਿਹਾ ਹੈ। তথা ਜਨ ਮੋਹੀ ਅਰੂ ਡੈਨ ਕੋਰੈ। ਮਹਾਰਾਜ ਕਹਿੰਦੇ ਜਿਵੇਂ ਉਹ ਪੈਦਲ ਆ ਰਿਹਾ ਅਸੀਂ ਵੀ ਪੈਦਲ ਜਾਵਾਂਗੇ ਉਹਦੇ ਨਾਲ ਦੋ ਹੱਥ ਕਰਾਂਗੇ। ਅਬੈ ਜਗ ਖੰਗੰ ਕਰੈ ਭੇਰ ਕੋਰੈ। ਵਿਦਿ ਚੰਦ ਸਾਡੀ ਹੁਣ ਢਾਲ ਤਲਵਾਰ ਦੀ ਉਹਦੇ ਨਾਲ ਜੰਗ ਹੋਵੇਗੀ। ਕਹੇ ਉਹ ਬਾਕ ਐਸੋ ਪਹੇ ਫੇਰ ਸੋਹੈਂ ਇਦਾਂ ਕਹਿ ਕੇ ਮਹਾਰਾਜ ਲਲਾ ਬੇਗ ਦੇ ਸਾਹਮਣੇ ਜਾ ਗਜੇ ਕਰਾ ਚੋਲ ਐਂਚੋ ਕਰੀ ਬੰਕ ਪੋਹੈਂ ਔਰ ਮਹਾਰਾਜ ਨੇ ਆਪਣੇ ਪਰਵਟੇ ਜਿਹੜੇ ਤਿੱਖੇ ਕਰ ਲਏ ਅੱਖਾਂ ਜਿਹਦੇ ਚ ਮਹਾਰਾਜ ਨੇ ਲਾਲੀ ਲਿਆ ਕੇ ਮਿਆਂ ਚੋਂ ਤੇਗ ਖਿੱਚ ਲਈ ਲਲਾ ਬੇਗ ਕੇ ਅਗਰ ਆਇਓ ਪਠਾਨਾ ਔਰ ਮਹਾਰਾਜ ਸੱਚੇ ਪਾਸ਼ਾ ਜਦੋਂ ਅਗਾ ਨੂੰ ਵਦੇ ਤੇ ਲਲਾ ਬੇਗ ਦਾ ਇੱਕ ਸਾਥੀ ਪਠਾਨ ਅੱਗੇ ਆ ਗਿਆ ਮਹਾਕੋਪਤੇ ਸੰਗਤਾ ਕੇ ਬਖਾਨਾ ਤੇ ਬੜੇ ਬੀਰ ਰਸ ਵਿੱਚ ਆ ਕੇ ਮਹਾਰਾਜ ਬੋਲੇ ਗੁਰੂ ਔਰ ਮੋਰੇ ਨਾ ਬੀਚੰਪਰੀਜੈ ਤੇ ਲਲਾ ਬੇਗ ਵੀ ਕਹਿਣ ਲੱਗਾ ਆਪਣੇ ਪਠਾਨ ਨੂੰ ਕਹਿੰਦਾ ਵੀ ਤੂੰ ਪਿੱਛੇ ਹਟ ਜਾ ਹਣ ਗੁਰੂ ਦਾ ਤੇ ਮੇਰਾ ਮੁਕਾਬਲਾ ਹੋਣਾ ਤੂੰ ਵਿੱਚ ਨਾ ਆਵੀ ਡਰੋ ਆਨ ਥਾਨੰ ਮਰੀ ਜਾ ਕੇ ਜੀਜੈ ਤੂੰ ਕਿਸੇ ਹੋਰ ਥਾਂ ਚਲਾ ਜਾ ਲੜ ਭਵੇਂ ਮਰ ਪਰ ਮੇਰੇ ਸ਼ਿਕਾਰ ਨੂੰ ਨਾ ਵੇਖ ਗੁਰੂ ਹਰਗੋਬਿੰਦ ਹੁਣ ਮੇਰਾ ਸ਼ਿਕਾਰ ਹੈ ਮੈਂ ਗੁਰੂ ਨੂੰ ਮਾਰਾਂਗਾ ਆਪਣੇ ਭਰਾਵਾਂ ਦਾ ਆਪਣੇ ਭਾਂਜਿਆਂ ਦਾ ਆਪਣੇ ਪੁੱਤਰਾਂ ਦਾ ਬਦਲਾ ਲਵਾਵਾਂਗਾ ਇਨੋ ਸੰਗ ਜੰਗੰ ਕਰੋ ਆਪ ਆਛਾ ਮੈਂ ਇਹਨਾਂ ਨਾਲ ਆਪ ਜੁੱਧ ਕਰਾਂਗਾ ਮਰੋਂ ਕੈ ਸੰਘਰੋਂ ਨਹੀਂ ਆਨ ਬਾਂਛਾ ਜਾਂ ਇਹਨਾਂ ਦੇ ਹੱਥੋਂ ਮਰਾਂਗਾ ਜਾਂ ਇਹਨਾਂ ਨੂੰ ਮਾਰਾਂਗਾ ਹੋਰ ਮੈਂ ਕੁਛ ਨਹੀਂ ਕਰਾਂਗਾ ਕਿਦੋਂ ਸ਼ਾਹੋ ਕੇ ਬਾਜ ਲੈ ਕੇ ਚਲਾਂਗੇ ਜਾਂ ਤੇ ਬਾਦਸ਼ਾਹ ਦੇ ਘੋੜੇ ਵਾਪਸ ਲੈ ਕੇ ਚਲਾਂਗੇ ਕਿਦੋਂ ਪ੍ਰਾਨ ਦੇ ਸੰਗ ਧੂਲੀ ਮਿਲਾਂਗੇ ਜਾਂ ਆਪਣੇ ਪ੍ਰਾਨ ਦੇ ਦੇਵਾਂਗੇ ਖਰੋ ਦੂਰ ਹੋਇ ਕੈ ਤਮਾਸ਼ੋ ਪਖੀਜੈ ਪਠਾਣ ਨੂੰ ਕਹਿਤਾ ਤੂੰ ਪਿਛਾ ਹਟ ਜਾ ਤੇ ਤਮਾਸ਼ਾ ਵੇਖ ਮੇਰੀ ਤੇਗ ਦਾ ਕਿਦੋਂ ਔਰ ਜੋਧ ਹਨ ਸੋ ਜੁਦ ਕੀ ਜਾ ਕਿਸੇ ਹੋਰ ਸਿੱਖ ਨਾਲ ਜੁਦ ਕਰ ਲੈ ਇਸੀ ਰੀਤ ਸਾਰੇ ਗੁਰੂ ਜੀ ਹਟਾਏ ਗੁਰੂ ਸਾਹਿਬ ਨੇ ਵੀ ਆਪਣੇ ਸਿੱਖਾਂ ਨੂੰ ਕਹਿਤਾ ਵੀ ਤੁਸੀਂ ਵੀ ਪਿੱਛੇ ਹਟ ਜਾ ਸਾਡਾ ਤੇ ਲਲਾ ਬੇਗ ਦਾ ਹੀ ਮੁਕਾਬਲਾ ਹੋਣਾ ਹੁਣ ਹੋਰ ਕੋਈ ਇਹਦੇ ਤੇ ਵਾਰ ਨਾ ਕਰੇ ਹੋਰ ਕੋਈ ਇਹਨੂੰ ਗੋਲੀ ਨਾਲ ਤੀਰ ਨਾਲ ਤਲਵਾਰ ਨਾਲ ਨਾ ਮਾਰੇ ਅਸੀਂ ਆਪ ਹੀ ਨੇ ਜਿਠਾਂਗੇ ਮਚੇ ਦੰਦ ਜੁੱਦੰ ਕਿਰਪਾਨਾਂ ਚਲਾਏ ਸੋ ਇਸ ਤਰ੍ਹਾਂ ਹੁਣ ਦੋਵਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਲਲਾ ਬੇਗ ਦਾ ਦਵੰਦ ਜੁੱਧ ਮਚ ਗਿਆ ਕਬੈ ਨੇਰੇ ਠੂਕੈਂ ਕਬੈ ਦੂਰ ਹੋਵੈ ਭਾਲਾਂ ਤਲਵਾਰਾਂ ਸੂਰਮਿਆਂ ਨੇ ਫੜ ਲਈ ਇੱਕ ਪਾਸੇ ਛੇਵੇਂ ਪਾਤਸ਼ਾਹ ਨੇ ਇੱਕ ਪਾਸੇ ਕਾਬਲ ਦਾ ਸੂਬੇਦਾਰ ਲਲਾ ਬੇਗ ਹੈ ਉਹ ਵੀ ਬੜਾ ਸੂਰਮਾ ਬੜਾ ਜਵਾਨ ਜੰਗੀ ਜੋਧਾ ਹੈ ਤੇ ਗੁਰੂ ਸਾਹਿਬ ਦੇ ਸਾਹਮਣੇ ਪੈਤੜੇ ਲੈਣ ਲੱਗਾ ਹੈ ਦੋਹੂ ਵੀਰ ਬੰਕੇ ਹਤੈ ਘਤ ਜੋਵੈ ਦੋਵੇਂ ਵੀਰ ਬੰਕੇ ਜੋਧੇ ਫੌਜਾਂ ਦੇ ਸਿਪਾਸਲਾਰ ਆਮਣੇ ਸਾਹਮਣੇ ਆ ਗਏ ਨੇ ਦੋਹੂ ਕੀਰਤੀ ਚਾਹੇ ਚੋਂਪੇ ਜੁਝਾਰੇ ਦੋਵਾਂ ਦੀ ਕੀਰਤੀ ਸਾਰੇ ਪਾਸੇ ਜਾ ਪਸਰੀ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਸਾਰੀ ਸ੍ਰਿਸ਼ਟੀ ਪੂਜਦੀ ਹੈ ਤੇ ਉਹ ਵੀ ਕਾਬਲ ਦਾ ਸੂਬੇਦਾਰ ਜਿੱਤ ਚਾਹੁੰਦਾ ਹੈ ਦੋਹੂ ਸੈਨਕੇ ਸੂਰ ਸੁਆਮੀ ਉਦਾਰੇ ਇਹ ਸੂਰਮਿਆਂ ਦੀ ਫੌਜ ਦੇ ਦੋਵੇਂ ਹੀ ਮਾਲਕ ਹਨ ਇੱਕ ਸਿੱਖਾਂ ਦੀ ਫੌਜ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਉਧਰ ਤੁਰਕਾਂ ਮੁਗਲਾਂ ਦੀ ਫੌਜ ਦਾ ਮਾਲਕ ਲਲਾ ਵੇਗ ਹੈ ਵਿਜੈ ਬਾਂਚ ਦੌਰ ਸੰਗ ਬੀਰ ਭੀਨੇ ਔਰ ਬੀਰ ਰਾਸ ਵਿੱਚ ਦੋਵੇਂ ਹੀ ਆਏ ਹੋਏ ਨੇ ਤੇ ਦੋਵੇਂ ਹੀ ਜਿੱਤ ਚਾਹੁੰਦੇ ਨੇ ਦੋਹੂ ਸ਼ਸਤਰ ਵਿਦਿਆ ਕਮਾਈ ਪ੍ਰਬੀਨੇ ਦੋਵਾਂ ਨੇ ਬੜੀ ਸ਼ਸਤਰ ਵਿਦਿਆ ਕਮਾਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਕੋਲੋਂ ਸ਼ਾਸਤਰ ਵਿਦਿਆ ਸਿੱਖੇ ਨੇ ਤੇ ਉਦੋਂ ਉਦੋਂ ਸਾਧ ਸੰਗਤ ਜੀ ਉਹ ਲਲਾ ਬੇਗ ਵੀ ਬੜੇ ਬੜੇ ਚੰਗੇ ਖਾਨਾ ਪਠਾਣਾ ਮੁਗਲਾਂ ਕੋਲੋਂ ਉਸਤਾਦਾਂ ਕੋਲੋਂ ਵਿਦਿਆ ਸਿੱਖਿਆ ਦੂਜੇ ਜੁੱਧ ਜੈਤਾ ਘਨੇ ਜੰਗ ਕੀਨੇ ਦੋਵੇਂ ਜੁੱਧ ਦੇ ਜੇਤੂ ਹਨ ਬੜੇ ਬੜੇ ਜੰਗ ਜਿੱਤੇ ਹਨ ਹਯੰਹੀਨ ਦੋਨੋਂ ਰਣੰ ਧਰਮ ਚੀਨੇ ਆ ਦੋਵਾਂ ਦੇ ਘੋੜੇ ਮਰ ਚੁੱਕੇ ਹਨ ਤੇ ਦੋਵੇਂ ਪੈਦਲ ਹੀ ਹਨ ਦੂ ਦਾਬ ਤਾਂ ਕਹਿ ਅਰੈ ਆਪ ਮਾਹੀ ਦੋਵੇਂ ਹੀ ਆਮਣੇ ਸਾਹਮਣੇ ਖੜੇ ਇੱਕ ਦੂਜੀ ਤੇ ਵਾਰ ਕਰਨ ਲਈ ਦਾ ਤੱਕਦੇ ਨੇ ਮਨੋ ਸ਼ੇਰ ਦੋਨੋਂ ਮਿਟੇ ਪਾਏ ਨਹੀਂ ਕਵੀ ਜੀ ਕਹਿੰਦੇ ਮਾਨੋ ਦੋਵੇਂ ਹੀ ਬੱਬਰ ਸ਼ੇਰ ਆਮਣੇ ਸਾਹਮਣੇ ਆ ਗਏ ਨੇ ਰੂਪੇ ਬੀਰ ਦੋਨੋਂ ਗਜ ਰਾਜ ਭਾਰੇ ਕਹਿੰਦੇ ਦੋਵੇਂ ਮਾਨੋ ਮਸਤ ਹਾਥੀ ਹਨ ਬੜੇ ਬੜੇ ਵੱਡੇ ਡੜੀ ਡੋਲ ਵਾਲੇ ਹਨ ਬੜੇ ਦੰਤ ਧਾਰੀ ਮਹਾ ਛੋਬ ਵਾਰੇ ਜਿਵੇਂ ਬੜੇ ਵੱਡੇ ਦੰਦਾਂ ਵਾਲੇ ਹਾਥੀ ਆਪਸ ਵਿੱਚ ਢਿੜ ਪੈਂਦੇ ਹਨ ਦੂਹ ਟਹਲਟ ਹੋਈ ਠਕਾ ਠੁਕੀ ਦੋਵਾਂ ਦੇ ਹੱਥਾਂ 'ਚ ਢਾਲਾਂ ਨੇ ਤੇ ਇੱਕ ਦੂਜੀ ਦੇ ਨੇੜੇ ਟੁੱਕੇ ਨੇ ਦਹੂ ਖਗ ਤਹਰੀ ਮਤੀ ਕੋਪ ਭੀਨੀ ਬੰਦੋਵਾਂ ਦੀ ਵੀ ਮਤੀ ਜਿਹੜੀ ਐ ਕਰੋਧ ਵਿੱਚ ਗੁੱਸੇ ਵਿੱਚ ਵੀਰਾਸ ਵਿੱਚ ਭਿੱਜੀ ਹੋਈ ਐ ਤੇ ਦੋਵਾਂ ਦੇ ਹੱਥ ਢਾਲਾਂ ਤਲਵਾਰਾਂ ਨੇ ਲਲਾ ਬੇਗ ਤਹਯੋ ਕਰਾ ਚੋਲ ਮਾਰਾ ਲਲਾ ਬੇਗ ਬੜੀ ਫੁਰਤੀ ਨਾਲ ਚੀਤੇ ਦੀ ਤਰ੍ਹਾਂ ਉੱਡ ਕੇ ਆਇਆ ਤੇ ਗੁਰੂ ਸਾਹਿਬ ਤੇ ਤੇਗ ਦਾ ਵਾਰ ਕੀਤਾ ਗੁਰੂ ਢਹਲ ਪੈ ਲੀਨ ਉਹ ਜੰਗ ਸੰਭਾਰਾ ਮਹਾਰਾਜ ਨੇ ਲਲਾ ਬੇਗ ਦਾ ਭਰਮਾ ਵਾਰ ਆਪਣੀ ਢਾਲ ਤੇ ਰੋਕ ਲਿਆ ਕਹੇ ਉਹ ਵਾਰ ਔਰੰਗਜ਼ੇਬ ਹੱਥ ਪੈ ਕੇ ਤੇ ਸਤ ਗੁਰੂ ਗਰਜ ਕੇ ਬੋਲੇ ਲਲਾ ਬੇਗ ਇੱਕ ਵਾਰ ਹੋਰ ਕਰ ਵਿਚਾਰੀ ਬਸੂਰੇ ਗਿਰੇ ਮ੍ਰਿਤ ਹੋਇਆ ਕੇ ਕਿਤੇ ਇਹ ਨਾ ਹੋਵੇ ਤੇਰੇ ਮਨ ਦੀ ਮਨ ਵਿੱਚ ਹੀ ਰਹਿ ਜਾਵੇ ਪਿੱਛੋਂ ਝੂਰ ਦਾ ਨਾ ਰਹਿ ਜਾਵੇ ਦਲੇਰੀ ਗੁਰੂ ਕੀ ਮਹਾਨੀ ਪਛਾਨੀ ਲਲਾ ਬੇਗ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਬੜਾ ਦਲੇਰ ਹੈ ਦਲੇਰ ਦਲੇਰ ਬੰਦਾ ਇਹ ਕਹਿ ਸਕਦਾ ਵੀ ਦੂਜਾ ਵਾਰ ਕਰ ਲੈ ਨਹੀਂ ਕੌਣ ਮੌਕਾ ਦਿੰਦਾ ਦੁਸ਼ਮਣ ਨੂੰ ਹਾਂਜੀ ਕਰੇ ਵਾਰ ਤੇ ਵਾਰ ਕੋ ਖਗ ਪਾਨੀ ਕਹਿੰਦੇ ਲਲਾ ਬੇਗ ਫਿਰ ਦੂਜੇ ਵਾਰ ਕਰਨ ਲੱਗਾ ਪਨੰ ਸ਼ਿਗਰ ਸਾਥੰ ਕਰਿਓ ਨਿਰ ਆਇਓ ਫਿਰ ਬੜੀ ਫੁਰਤੀ ਨਾਲ ਦਾਤ ਕਾ ਕੇ ਆਇਆ ਉੱਡਦਾ ਹੋਇਆ ਜਿਵੇਂ ਬਿਜਲੀ ਹੁੰਦੀ ਐ ਇਦਾਂ ਫੁਰਤੀ ਹੁੰਦੀ ਐ ਯੋਧਿਆਂ ਵਿੱਚ ਹਾਂਜੀ ਚਾਹੇ ਉਹ ਮਾਰ ਬੇ ਹੱਥ ਉੱਚੋ ਉਠਾਇਓ ਔਰ ਉਹਨੇ ਵਾਰ ਉਪਰੋਂ ਲਿਆ ਕੇ ਕਰਨ ਵਾਸਤੇ ਕਰੀਟ ਹਲ ਸੋਹੈ ਨਿਰ ਭੈ ਹੋਏ ਆਗੇ ਮਹਾਰਾਜ ਸੱਚੇ ਪਾਤਸ਼ਾਹ ਉੱਤੋਂ ਦੀ ਵਾਰ ਕੀਤਾ ਸਿਰ ਤੇ ਤੇ ਮਹਾਰਾਜ ਨੇ ਢਾ ਲੱਗੇ ਕਰ ਦਿੱਤੀ ਗੁਰੂ ਜੀ ਲਾਇਓ ਹਿਰਦੈ ਕੋਪ ਜਾਗੇ ਤੇ ਮਹਾਰਾਜ ਸੱਚੇ ਪਾਸ਼ਾ ਵੀਰ ਰਸ ਵਿੱਚ ਆ ਕੇ ਵਾਰ ਕੀਤਾ ਲਲਾ ਬੇਗ ਨੇ ਆਪ ਨਹੀਂ ਪ੍ਰਹਾਰਿਓ ਤੇ ਲਲਾ ਬੇਗ ਨੇ ਆਪ ਨਹੀਂ ਵਾਰ ਕੀਤਾ ਗੁਰੂ ਵਾਰ ਤੇ ਅੰਗ ਸਾਰੋ ਉਬਾਰਿਓ ਤੇ ਗੁਰੂ ਦੇ ਵਾਰ ਤੋਂ ਸਾਰੇ ਅੰਗ ਉਬਾਰ ਲਏ ਕਰੀ ਛਲ ਸ਼ਿਗਰ ਇਤ ਉਤ ਹੋਇਓ ਛਾਲ ਮਾਰ ਕੇ ਇਧਰ ਉਧਰ ਹੋ ਗਿਆ ਪਹੁੰਚੇ ਗੁਰੂ ਜੀ ਗਇਓ ਦੂਰ ਜੋਇਓ ਜਦੋਂ ਮਹਾਰਾਜ ਨੇੜੇ ਗਏ ਤੇ ਦੂਰ ਹੋ ਗਿਆ ਛਾਲ ਮਾਰ ਕੇ ਖਰੋ ਹੋ ਹੋ ਕੀਦੀ ਕਹਾਂ ਜਾਣ ਪਾਰੇ ਕਹਿੰਦੇ ਅੱਗ ਦਿੜ ਕਿੱਥੇ ਜਾਣਾ ਹੁਣ ਖੜਾ ਰੋ ਹਾਂਜੀ ਦਿਜੈਵਾਰ ਮੇਰੋ ਕਹਾਂ ਲੋ ਬਚਾਵੇਂ ਮੇਰੀ ਵਾਰੀ ਆ ਕਿਥੋਂ ਦਾ ਭੱਜ ਕੇ ਜਾਏਗਾ ਸੁਨੇ ਬੈਨ ਕੋ ਪਿਓ ਲਲਾ ਬੇਗ ਬੀਰੰ ਜਦੋਂ ਲਲਾ ਬੇਗ ਨੇ ਮਹਾਰਾਜ ਦੀ ਗਰਜਣਾ ਸੁਣੀ ਤੇ ਜੋਸ਼ ਵਿੱਚ ਆਇਆ ਥਿਰੋ ਫਿਰ ਐਸੇ ਰਦੇ ਤਹਰ ਧੀਰੰ ਧੀਰ ਦੇ ਧਰ ਕੇ ਖਲੋ ਗਿਆ ਮੁਕਾਬਲੇ ਲਈ ਭਇਓ ਸਾ ਮੋਹੇ ਜਿਉ ਬਖੀ ਹੋਏ ਪਹਾਰੋ ਕਹਿੰਦੇ ਜਿਵੇਂ ਫਨੀ ਅਰ ਨਾਗ ਗੁੱਸੇ ਚ ਆ ਕੇ ਕਈ ਵਾਰੀ ਅੜ ਕੇ ਵੇਰ ਕੇ ਖਲੋ ਜਾਂਦਾ ਇਉਂ ਖਲੋ ਗਿਆ ਦਬੈ ਪੂਛ ਤੇ ਕਾਟ ਬੇਕੋਪ ਧਾਰੋ ਜਿਵੇਂ ਫਸਪ ਦੀ ਪੂਛ ਤੇ ਪੈਰ ਆ ਜੈ ਨਾ ਤੇ ਫਿਰ ਇੱਕਦਮ ਡੰਗ ਮਾਰਨ ਲਈ ਤਿਆਰ ਹੋ ਜਾਂਦਾ ਹੈ ਪ੍ਰਹਾਰਿਆ ਕਿਰਪਾਨੈ ਕਈ ਵਾਰ ਕੀਨੇ ਉਹਨੇ ਕਈ ਵਾਰ ਛੇਵੇਂ ਪਾਸ਼ਾ ਦੇ ਤੇਗ ਦੇ ਕੀਤੇ ਹਨ তথা ਸ਼ਿਗਰਤ ਹਰੇ ਗੁਰੂ ਓਟ ਲੀਨੇ ਤੇ ਮਹਾਰਾਜ ਉਹਦੇ ਸਾਰੇ ਵਾਰ ਆਪਣੀ ਢਾਲ ਤੇ ਰੋਕਦੇ ਰਹੇ ਨੇ ਧਰੀ ਹੱਥ ਬਾਵੇਂ ਬੜੀ ਢਾਲ ਪਹਰੀ ਮਹਾਰਾਜ ਦੇ ਹੱਥ ਖੱਬੇ ਹੱਥ ਵਿੱਚ ਬੜੀ ਭਾਰੀ ਢਾਲ ਸੀ ਉਹ ਢਾਲ ਦੇ ਫੋਲੀ ਪੰਜ ਸ਼ੇਰ ਦੇ ਸਨ ਦੂਤੀ ਹੱਥ ਮਾਹੇ ਕਿਰਪਾਨੰ ਸੰਭਾਰੀ ਤੇ ਦੂਜੇ ਹੱਥ ਵਿੱਚ ਮਹਾਰਾਜ ਦੇ ਤਲਵਾਰ ਸੀਗੀ ਫੁਲਾਦ ਦੀ ਤਰੇ ਵਾਰ ਤਾ ਕਿਉ ਪ੍ਰਹਾਰ ਸਮਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰ ਉਹਦਾ ਥੱਲੇ ਇਦਾਂ ਉਹਨੂੰ ਸ਼ੋਕ ਕੀਤਾ ਵੀ ਥੱਲੇ ਗਿੱਟੇ ਤੇ ਗੋਡੇ ਤੇ ਮਾਰਨ ਲੱਗੇ ਆਂ ਕਰੀ ਓਟ ਤਾ ਹੂੰ ਲਲਾ ਬੇਗ ਜਾਨਾ ਤੇ ਲਲਾ ਬੇਗ ਥੱਲੇ ਉਹ ਰੋਕਣ ਲੱਗਾ ਹੈ ਤਰੇ ਦਾਬ ਕੋ ਮੈਂ ਬਚਾਵਉ ਚਹੰਤਾ ਉਹਨੇ ਸੋਚਿਆ ਮੇਰੀਆਂ ਲੱਤਾਂ ਛਾਂਗਣ ਲੱਗੇ ਨੇ ਢਾਲ ਕਰਕੇ ਥੱਲੇ ਉਹ ਰੋਕਣ ਲੱਗਾ ਹੈ ਕਰੀ ਢਲ ਆਗੇ ਸੁ ਪੈਰੰ ਰੁਪੰਤਾ ਤੇ ਪੈਰ ਆਗਾ ਵਿਧਾ ਕੇ ਪੈਂਤੜਾ ਲੈ ਕੇ ਜਦੋਂ ਵਾਰ ਰੋਕਣ ਲੱਗਾ ਗੁਰੂ ਸ਼ਿਗਰ ਤੇ ਹੱਥ ਉੱਚੇ ਉਹ ਬਾਹਰ ਹੈ ਤੇ ਮਹਾਰਾਏ ਨੇ ਚੀਰ ਦਾ ਵਾਰ ਛੱਡ ਦਿੱਤਾ ਕੰਨ ਪਟੀ ਦਾ ਇੰਦਾ ਲਿਆਂਦਾ ਉਹਨੂੰ ਲੱਗਾ ਵੀ ਥੱਲੇ ਆਵੇਗਾ ਤੇ ਮਹਾਰਾ ਇੰਦਾ ਕਰ ਦਿੱਤਾ ਕਰਾ ਚੋਲ ਬਾਹੋ ਲੱਗੀ ਜਾਏ ਧਹਰਾ ਤੇ ਮਹਾਰਾਏ ਦੀ ਤਿੱਖੀ ਤਲਵਾਰ ਜਾ ਕੇ ਕੰਨ ਦੇ ਕੋਲ ਵਜੀ ਹੈ ਬਹੀ ਕੰਠ ਮੈ ਪਰ ਭੀ ਰੀਤ ਐਸੇ ਗਰਦਨ ਦੇ ਕੋਲ ਇੱਥੇ ਕੰਨ ਦੇ ਥੱਲੇ ਤਲਵਾਰ ਵਜੀ ਸਾਫ ਪਾਰ ਹੋ ਗਈ ਕਰੇ ਕਾਟ ਸਾਂਭੂਣ ਕੋ ਤਾਰ ਜੈਸੇ ਜਿਵੇਂ ਸਾਬਣ ਨੂੰ ਤਾਰ ਕੱਟ ਕੇ ਸਿੱਡ ਦਿੰਦੀ ਹੈ ਗਿਰਿਓ ਸੀ ਸਸ਼ੀਗਰੰ ਰਹਿੇ ਨੈਨ ਬਾਇਓ ਕਹਿੰਦੇ ਬੜਾ ਸੂਰਮਾ ਜੋਦਾ ਕਾਬਲ ਦਾ ਸੂਬੇਦਾਰ ਸਿਰ ਲਾ ਕੇ ਦੁਹਾਣੇ ਵਰਗਾ ਉਹ ਮਾਰਿਆ ਗੁਰੂ ਸਾਹਿਬ ਨੇ ਮਨ ਸਤਿ ਸ੍ਰੀ ਅਕਾਲ ਮਨੋ ਸ਼੍ਰੀ ਫਲੰਗ ਬਾਇਓ ਸ਼ਾਖਾ ਗਦਾਯੋ ਅੰਜ ਸਮਝ ਲਓ ਵੀ ਨਾਰੀਅਲ ਦੇ ਦਰਖਤ ਦੇ ਉੱਤੇ ਨਾਰੀਅਲ ਦਾ ਫਲ ਲੱਗਾ ਟੁੱਟ ਕੇ ਥੱਲੇ ਡਿੱਗ ਪਿਆ ਹੋਵੇ ਬਿਨਾ ਮੁੰਡ ਤੇ ਰੋਂਡ ਧੂਮੇ ਪਰਿਓ ਹੈ ਕਹਿੰਦੇ ਬੜੇ ਵੱਡੇ ਜਵਾਨ ਲਲਾ ਬੇਗ ਦਾ ਸਿਰ ਲਾਤਾ ਜਦੋਂ ਛੇਵੇਂ ਪਾਦਸ਼ਾਹ ਨੇ ਧਾੜੋ ਦਾ ਧਰਤੀ ਤੇ ਡਿੱਗਾ ਧੜਮ ਕਰਕੇ ਤਰੂ ਮੂਲ ਚਿੰਨ ਮੰਨੋ ਸੋਂਗ ਰਿਓ ਹੈ ਕਹਿੰਦੇ ਅੰਜ ਸਮਝ ਲਓ ਵੀ ਦਰਖਤ ਚੜਾਂ ਤੋਂ ਹੀ ਪਟਿਆ ਗਿਆ ਹੋਵੇ ਦੋਹਰਾ ਰਹੇ ਬਚਾ ਬਤ ਤਰੇ ਕੋ ਕਹਿੰਦੇ ਉਹ ਤੇ ਥੱਲਿਓਂ ਬਚਾਂਦਾ ਰਹਿ ਗਿਆ ਆਪਣੀਆਂ ਲੱਤਾਂ ਬਚਾਂਦਾ ਰਹਿ ਗਿਆ ਉੱਪਰ ਭਇਓ ਪ੍ਰਹਾਰ ਤੇ ਵਾਰ ਉਹਦੇ ਕੰਨ ਤੇ ਆ ਵਜਿਆ ਪ੍ਰਾਣ ਤਿਆਗ ਗਮਨਿਓ ਪਿਸਤ ਪ੍ਰਾਣ ਤੁਖੇਰੂ ਉੱਡ ਗਏ ਤੇ ਚਲਾ ਗਿਆ ਸਵਰਗਾਂ ਨੂੰ ਸਤਗੁਰ ਅਗਰ ਨਿਹਾਰ ਗੁਰੂ 6ਵੇਂ ਪਾਤਸ਼ਾਹ ਦੇ ਹੱਥੋਂ ਮਰਿਆ ਸੀ ਕੁਝ ਨਾ ਕੁਝ ਤਾਂ ਚੰਗੀ ਗਤੀ ਮਿਲਣੀ ਹੈ ਸੋ ਇਸ ਕਰਕੇ ਕਵੀ ਜੀ ਨੇ ਲਿਖਿਆ ਵੀ ਬਹਿਸਤ ਨੂੰ ਗਿਆ ਭਵੇਂ ਉਹ ਦੁਸ਼ਮਣੀ ਸੀ ਪਰ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਸਨ ਸਾਹਮਣੇ ਤਾਨਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ ਦੋਹਰਾ ਬੇਗ ਲਲਾ ਕੁਮਾਰ ਕੈ ਲਲਾ ਬੇਗ ਨੂੰ ਮਾਰ ਕੇ ਸਤਗੁਰ ਪਾਏ प्रमोद ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋਏ ਫਤਿਹ ਲੀਨ ਬੜ ਜੰਗ ਕੀ ਇਹ ਜੰਗ ਫਤਿਹ ਕਰ ਲਿਆ ਫਤੇ ਪਛਲੀ ਕੋਦ ਔਰ ਮਹਾਰਾਜ ਪਿਛਾ ਨੂੰ ਹਟੇ ਹਨ ਸਵਈਆ ਛੰਦ ਦਿਓ ਹੁਕਮ ਸਭ ਸੈਨਾ ਕੇ ਪ੍ਰਤ ਮਹਾਰਾਜ ਆਪਣੀ ਫੌਜ ਨੂੰ ਹੁਕਮ ਦਿੰਦਾ ਫੇਲ ਕਰੋ ਤੁਰਕਨ ਪਰ ਧਾਏ ਮੈਂ ਤੁਰਕਾਂ ਦੇ ਹੱਲਾ ਬੋਲਦੇ ਹੋ ਰਹਿ ਸੁਗਟ ਮਿਲਹਾਸੋ ਚੋਰ ਹੋ ਜਿਹੜਾ ਅਗੋਂ ਮੁਕਾਬਲਾ ਕਰੇ ਝਟਕਦੇ ਉਹ ਤੇ ਜਿਹੜਾ ਹਥਿਆਰ ਸੁੱਟ ਦੇਵੇ ਉਹਨੂੰ ਛੱਡ ਦਿਓ ਤਿਆਗੈ ਸ਼ਸਤਰ ਸੋਲੇ ਹੋ ਬਚਾਏ ਜਿਹੜਾ ਹਥਿਆਰ ਸੁੱਟ ਕੇ ਸਿਲੰਡਰ ਕਰਦਾ ਉਹਨੂੰ ਨੇ ਮਾਰੋ ਸਰਬਚਮੂਪਤ ਹੋਤ ਭਯੋ ਹਤ ਇਸ ਤਰ੍ਹਾਂ ਸਾਰੀ ਫੌਜ ਦਾ ਵੱਡਾ ਸੂਬੇਦਾਰ ਲਲਾ ਬੇਗ ਮਾਰਿਆ ਗਿਆ ਬਿਨ ਭੂਪਤ ਕੋ ਲੜ ਨ ਸਕਾਏ ਕਹਿੰਦੇ ਕਰੇ ਭੂ ਬਿਨਾ ਕਰੇ ਕੌਣ ਲੜਾਈ ਦਸਵੇਂ ਪਾਤਸ਼ਾਹ ਨੇ ਵੀ ਲਿਖਿਆ ਕਹਿੰਦੇ ਰਾਜੇ ਤੋਂ ਬਿਨਾ ਕੌਣ ਲੜ ਸਕਦਾ ਜਦੋਂ ਰਾਜਾ ਹੀ ਮਾਰਿਆ ਗਿਆ ਫੌਜ ਦਾ ਵੱਡਾ ਹੁਣ ਪਿੱਛੇ ਲੜਨ ਵਾਲਾ ਕੌਣ ਹੈ ਕਰੋ ਫਤੇ ਅਬ ਅੰਤ ਭਇਓ ਰਣ ਵਾ ਹੁਣ ਫਤੇ ਕਰੋ ਜੰਗ ਫਤੇ ਹੋ ਚੱਲਿਆ ਹੈ ਸ੍ਰੀ ਨਾਨਕ ਜੀ ਭਈ ਸਹਾਈ ਗੁਰੂ ਨਾਨਕ ਸਾਹਿਬ ਜੀ ਆਪ ਸਹਾਈ ਹੋਏ ਨੇ ਸੁਨ ਆਇਸ ਕੋ ਗਹੀ ਕਿਰਪਾਨ ਸਿੱਖਾਂ ਨੇ ਮਹਾਰਾਜ ਦੀ ਆਗਿਆ ਪਾ ਕੇ ਤੇਗਾ ਧੂ ਲਈਆਂ ਬਾਜ ਸਮਾਨ ਗਏ ਸਭ ਸੂਰ ਜਿਵੇਂ ਬਾਜ ਬਟੇਰਿਆਂ ਤੇ ਜਾਂਦਾ ਆਪਣੇ ਸ਼ਿਕਾਰ ਤੇ ਜਾਂਦਾ ਐਉਂ ਗੁਰੂ ਕੇ ਸਿੱਖ ਗਏ ਨੇ ਮਨੁਹ ਮ੍ਰਿਗਨ ਪਰ ਕੇਹਰ ਦੌਰੇ ਇੰਜ ਸਮੇ ਲੋਭੀ ਜਿਵੇਂ ਬੱਬਰ ਸ਼ੇਰ ਆਪਣੇ ਸ਼ਿਕਾਰ ਨਾਤੇ ਪੈਂਦਾ ਹੈ ਮਾਰ ਮਾਰ ਕਰ ਭਰੇ ਗਰੂ ਮਾਰ ਲਓ ਮਾਰ ਲਓ ਕਰਦੇ ਸੂਰਮੇ ਜਾ ਪਏ ਨੇ ਜੋ ਸਨਮਕ ਹੋਏ ਤਾਂ ਜਾ ਤਫੰਗਣ ਜਿਹੜਾ ਸਾਹਮਣੇ ਗੋਲੀ ਚਲਾਉਂਦਾ ਹੈ ਤੁਮਰ ਤੀਰ ਤੁਰਕ ਭਟਪੂਰ ਉਹਨੂੰ ਵਰਛਾ ਗੋਲੀ ਮਾਰ ਕੇ ਪਾਰ ਕਰਦੇ ਨੇ ਸਭ ਪਰ ਪਰੀ ਮਾਰ ਇੱਕ ਸਮਸਰ ਇੱਕੋ ਵਾਰ ਪਈ ਹੈ ਮਾਰ ਇਸ ਬਰਾਬਰ ਸਾਰਿਆਂ ਤੇ ਰੁੰਡ ਮੁੰਡ ਕਰ ਮੇਲੇ ਧੂਰ ਆ ਮਿੱਟੀ ਦੇ ਵਿੱਚ ਮਿਲਾ ਦਿੱਤੇ ਨੇ ਬੜੇ ਬੜੇ ਹੰਕਾਰੀ ਖਾਨ ਪਠਾਨ ਮੁਗਲ ਗੰਠ ਘਟਿਓ ਕਹੇ ਭੁਜਾ ਤੁੰਡ ਕੇ ਕਿਸੇ ਦਾ ਸਿਰ ਲਾ ਤਾਂ ਕਿਸੇ ਦੀ ਲੱਤ ਕਿਸੇ ਦੀ ਬਾਹ ਵੜ ਦਿੱਤੀ ਸਿਰ ਪਰ ਬਜੀ ਕਾਹੇ ਕਰਵਾ ਕੋਈ ਕਿਸੇ ਦੇ ਸਿਰ ਤੇ ਤਲਵਾਰ ਵੱਜੀ ਹੈ ਕੁਝ ਅਰੇ ਪੁਨ ਪਹਾਜ ਭਰੇ ਤਹਾਂ ਕੁਝ ਕ ਮੁਕਾਬਲਾ ਉਹਨਾਂ ਨੇ ਕੀਤਾ ਫਿਰ ਬਿਨਾਂ ਰਾਜੇ ਦੇ ਇੱਕ ਭੂਪ ਬਿਨਾਂ ਕਰੇ ਕੌਣ ਲੜਾਈ ਰਾਜੇ ਤੋਂ ਬਿਨਾਂ ਕੌਣ ਲੜ ਸਕਦਾ ਹੈ ਮੈਦਾਨੇ ਜੰਗ ਚੋਂ ਭਜੇ ਨੇ ਕਿਸ ਨੇ ਤਿਆਗ ਦੀਨ ਹਥਿਆਰ ਕਹਿੰਦੇ ਕਿ ਹਥਿਆਰ ਛੱਡ ਕੇ ਗਈ ਹੱਥ ਖੜੇ ਕਰਕੇ ਕਹਿੰਦੇ ਸਾਨੂੰ ਮਾਰੋ ਨਾ ਬਖਸ਼ ਦਿਓ ਕੋਕਰ ਜ਼ੋਰਤ ਖਰੋ ਨਿਹੋਰ ਤੂੰ ਜੇ ਹੱਥ ਜੋੜ ਕੇ ਕਹਿੰਦੇ ਆ ਮਾਫ ਕਰ ਦਿਓ ਸਾਡੀ ਜਾਨ ਗੁਰੂ ਹਾਈ ਕਾਹੇ ਉਚਾਰ ਕਿਸ ਨੇ ਗੁਰੂ ਦੇ ਨਾਮ ਦੀ ਦੁਹਾਈ ਦਿੱਤੀ ਹੈ ਗੁਰੂ ਦੀ ਦੁਹਾਈ ਹੈ ਸਾਨੂੰ ਨਾਮ ਮਾਰੋ ਦੀਨ ਪਹੇ ਤ੍ਰਣ ਦੰਤਨ ਗਹਿ ਕਰ ਮੂੰਝ ਘਾ ਪਾ ਕੇ ਦੀਨ ਬਣੇ ਹੋ ਗਏ ਸੀ ਗਊਆਂ ਆ ਸਾਨੂੰ ਨਾਮ ਮਾਰੋ ਕਿਸੇ ਤੇ ਕੀਤੇ ਪ੍ਰਾਨ ਉਬਾਰ ਇਦਾਂ ਆਪਣੀਆਂ ਜਾਨਾਂ ਬਚਾ ਗਏ ਨੇ ਜੰਗ ਖੇਤ ਮਹਿ ਫਤੇ ਪਹੀ ਗੁਰ ਸਾਧ ਸਿੰਘ ਜੀ ਇਸ ਜੰਗ ਵਿੱਚ ਮਹਾਰਾਜ ਦੀ ਜੰਗ 6ਵੇਂ ਪਾਸ਼ਾ ਦੀ ਫਤਿਹ ਹੋਈ ਹੈ ਜਬ ਹੈ ਦੁਹਾਈ ਤੁਰਕ ਪੁਕਾਰੋ ਜਦੋਂ ਤੁਰਕਾਂ ਨੇ ਪੁਕਾਰ ਕੀਤੀ ਦੁਹਾਈ ਦਿੱਤੀ ਗੁਰੂ ਦੀ ਮਹਾਰਾਜ ਨੇ ਸਮਝਿਆ ਵੀ ਹੁਣ ਇਹਨਾਂ ਉਹ ਨਹੀਂ ਮਾਰਨਾ ਚਾਹੀਦਾ ਵਿਧੀ ਚੰਦ ਕੋ ਸ੍ਰੀ ਹਰ ਗੋਬਿੰਦ ਪਟਿਓ ਸੇਵ ਬਾਦਸ਼ਾਹ ਨੇ ਬਾਬਾ ਵਿਧੀ ਚੰਦ ਜੀ ਨੂੰ ਭੇਜਿਆ ਦੀਨ ਤਿੰਨ ਲੈ ਹੋ ਬਾੜ ਮਾਲਕ ਕਹਿੰਦੇ ਬਚਾਲਾ ਭਾਈ ਇਹਨਾਂ ਨੂੰ ਨਾ ਮਾਰ ਜਿਹੜੇ ਹੁਣ ਹਥਿਆਰ ਛੁੱਟ ਕੇ ਖੜੇ ਹੋ ਗਏ ਨੇ ਜਿਨ੍ਹਾਂ ਨੇ ਸਲਿੰਡਰ ਹੀ ਘਾਰ ਦਿੱਤਾ ਇਹਨਾਂ ਨੂੰ ਕੀ ਮਾਰਨਾ ਹੋਇਆ ਗਇਓ ਤੋ ਰੰਗ ਤੋ ਭਾਵਤ ਦੇਖੇ ਬਾਬਾ ਬੀਦੀ ਚੰਦ ਜੀ ਘੋੜਾ ਦੜਾ ਕੇ ਮੈਦਾਨੇ ਜੰਗ ਚ ਪਹੁੰਚੇ ਨੇ ਵਰਜੇ ਭਟਨਹਿ ਕੀ ਜਹਿ ਮਾਰ ਜਿਨੇ ਹਥਿਆਰ ਸੁੱਟ ਰਹੇ ਸਨ ਉਹਨਾਂ ਨੂੰ ਮਾਰਨ ਤੋਂ ਸਿੱਖਾਂ ਨੂੰ ਰੋਕ ਦਿੱਤਾ ਹੈ ਸਰਬ ਚਮੂਹ ਕੋ ਇਕੱਠੀ ਕਰਕੇ ਹਟਾਉਂਦਾਰੀ ਫੌਜ ਨੂੰ ਵਾਪਸ ਕਰਕੇ ਬੋਲੇ ਸਤਗੁਰ ਜੈਕਾਰ ਗੁਰੂ ਨਾਂ ਦਾ ਜਕਾਰਾ ਬੁਲਾਇਆ ਹੈ ਤੇ ਬਾਬਾ ਬੀਦੀ ਚੰਦ ਜੀ ਸਿੱਖਾਂ ਨੂੰ ਵਾਪਸ ਲੈ ਆਏ ਨੇ ਜੋ ਕਾਹੇ ਲਗੋ ਗੁਰਬੀਰ ਪਰਿਓ ਰਣ ਜਿਹੜੇ ਗੁਰੂ ਦੀ ਫੌਜ ਦੇ ਜ਼ਖਮੀ ਪਏ ਸਨ ਸੂਰਮੇ ਤਿਸ ਕੀ ਸੁਧ ਕਰ ਲੀਨ ਉਠਾਏ ਉਠਾ ਲਿਆ ਹੈ ਦੰਦਬਦੀ ਹਜੀਤ ਕੇ ਬਾਜ ਤੋਰ ਨਗਾਰੇ ਖੁਸ਼ੀ ਦੇ ਵਜਾ ਦਿੱਤੇ ਨੇ ਸੁਭਟ ਪ੍ਰਮੋਦ ਤੇ ਭੇ ਸਮਦਾਏ ਸਾਰੀਆਂ ਫੌਜਾਂ ਨੂੰ ਜਿੱਤ ਦੀ ਖੁਸ਼ੀ ਹੋਈ ਹੈ ਜੋਧ ਸਹਿਤ ਜਹ ਸ੍ਰੀ ਹਰ ਗੋਵਿੰਦ ਬਾਬਾ ਜੋਧ ਸ਼ਾਹ ਜੀ ਕਾਂਗੜ ਦੇ ਰਾਜੇ ਤੇ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਕਰਤ ਕੋ ਲਾ ਹਲ ਕੋ ਤਹ ਆਏ ਬੜੀ ਪ੍ਰਸੰਨਤਾ ਸਹਿਤ ਡੇਰੇ ਨੂੰ ਮੁੜੇ ਨੇ ਚਰਨ ਨਿਹੋਰ ਤੇ ਸਭ ਕਰ ਜੋਰਤ ਸਾਰੀਆਂ ਸੰਗਤਾਂ ਸਾਰੀਆਂ ਫੌਜਾਂ ਚਰਨਾਂ ਤੇ ਮੱਥਾ ਟੇਕਦੀਆਂ ਨੇ ਗੁਰ ਮਹਿਮਾ ਕਹ ਸੀਸ ਨਿਵਾ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਇਹ ਸਤਿਗੁਰਾਂ ਦੀ ਮਹਿਮਾ ਕਰ ਰਹੇ ਨੇ ਸਿੱਖ ਇਸ ਤਰ੍ਹਾਂ ਮਹਾਰਾਜ ਨੇ ਸਾਧ ਸੰਗਤ ਜੀ ਮਹਾਰਾਜ ਦਾ ਜੰਗ ਫਤਿਹ ਕਰ ਲਿਆ ਤੇ 34 35000 ਤੁਰਕਾਂ ਨੂੰ ਰਣ ਤਤਿਜ ਮਾਰ ਕੇ ਉੱਥੇ ਉਹਨਾਂ ਦੀਆਂ ਲਾਸ਼ਾਂ ਦਫ਼ਨ ਕਰਕੇ ਥੜਾ ਬਣਾਇਆ ਜਿਸ ਤੇ ਸਤਿਗੁਰੂ ਬੈਠੇ ਹਨ ਕਿਉਂਕਿ ਦਲ ਭੰਜਨ ਸਨ ਦਲਾਂ ਨੂੰ ਵੈਰੀਆਂ ਦੇ ਦਲਾਂ ਨੂੰ ਭੰਨ ਸੁੱਟਣ ਵਾਲੇ ਹੰਕਾਰੀਆਂ ਦਾ ਨਾਸ ਕਰਨ ਵਾਲੇ ਮਹਾਬਲੀ ਸੂਰਬੀਰ ਯੋਧੇ 6ਵੇਂ ਪਾਤਸ਼ਾਹ ਜੀ ਹੋਏ ਹਨ ਉਹਨਾਂ ਦੀ ਇਹ ਕਥਾ ਆਪ ਜੀ ਸਰਵਣ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ ਇਤਨੇ ਬਚਨ ਪ੍ਰਵਾਨ ਕਰਨੇ